Chamadan. ਜੀ ਪ੍ਰੋਗਰਾਮ ਸ਼ਮਾਦਾਨ 'ਤੇ ਮੈਂ ਸਵਰਨ ਸਿੰਘ ਦਾ ਨਿਲ ਗਿਆ ਤੁਹਾਡੇ ਨਾਲ ਇਸ ਵਕਤ ਜੁੜੀਆਂ ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਵੀ ਜੁੜੇ ਨੇ ਸੋ ਢਿੱਲੋਂ ਸਾਹਿਬ ਹੈ ਅਤੇ ਕਹਿੰਦੇ ਘੜਿਆ ਪਾਰ ਲੰਘਾ ਦੇਵੇ ਮਿਣਤਾਂ ਤੇਰੀਆਂ ਕਰਦੀ ਸੋ ਇੱਕ ਕਿਰਨ ਬਾਲਾ ਵੀ ਜਿਹੜੀ ਹੈ ਉਹਨੂੰ ਬਾਰਡਰ ਪਾਰ ਕਰਾਇਆ ਜੀ ਅਤੇ ਬਾਰਡਰ ਕਿਹਨੇ ਪਾਰ ਕਰਾਇਆ ਕਹਿੰਦੇ ਬਿਕਰਮਜੀਤ ਸਿੰਘ ਮਜੀਠੀਆ ਦੇ ਇੱਕ ਸਹਾਇਕ ਨੇ ਕੀ ਕਹੋ ਇਹ ਅਸੀਂ ਨਹੀਂ ਜੀ ਕਹਿ ਰਹੇ ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪੜਤਾਲੀਆ ਟੀਮ ਹੈ ਜਿਹੜੀ ਉਹ ਕਹਿ ਰਹੀ ਹੈ ਉਹਦੇ ਸਾਹਮਣੇ ਜੋ ਕੁਛ ਆਇਆ ਉਹਦੇ 'ਤੇ ਆਧਾਰਿਤ ਹੈ ਜੀ ਦੋ ਕੁ ਹਫ਼ਤੇ ਪਹਿਲਾਂ ਇਹ ਖਬਰਾਂ 'ਚ ਆ ਗਈ ਸੀ ਕਿਰਨ ਵਾਲਾ ਹੁਸ਼ਿਆਰਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਜੀ ਸੀ ਘਰ ਵਾਲੀ ਨਾਲ ਲਵ ਮੈਰਿਜ ਹੋਈ ਸੀ ਆਪ ਇਹ ਕਿਸੇ ਹੋਰ ਜਾਤ ਦੀ ਹੈ ਮੇਰੇ ਕੋਲ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ ਦਿੱਲੀ ਦੀ ਰਹਿਣ ਵਾਲੀ ਸੀ ਉਹ ਮੁੰਡਾ ਕਿਤੇ ਉੱਥੇ ਪੁਲਿਸ 'ਚ ਭਰਤੀ ਹੋਣ ਗਿਆ ਸੀਗਾ ਅਤੇ ਗਰਾਊਂਡ ਫੌਜ ਦੇ ਵਿੱਚ ਅਤੇ ਉੱਥੇ ਹੀ ਕਿਤੇ ਘਰ ਸੀਗਾ ਪਾਣੀ ਪਿਉਂਦੀ ਪਿਉਂਦੀ ਚਲੋ ਇੱਧਰ ਨੂੰ ਆ ਗਏ ਹਾਂ ਆ ਗਏ ਉਹਦੇ ਨਾਲ ਲਵ ਮੈਰਿਜ ਹੋ ਗਈ ਬੱਚੇ ਹੋ ਗਏ ਉਹ ਤੋਂ ਬਾਅਦ ਉਹ ਮੁੰਡੇ ਦਾ ਐਕਸੀਡੈਂਟ ਹੋ ਗਿਆ ਅਤੇ ਉਹ ਮਰ ਗਿਆ ਫਿਰ ਇਹ ਪੇਕੀ ਚਲੀ ਗਈ ਜੀ ਸਹੁਰਾ ਜਾ ਕੇ ਲੈ ਕੇ ਭਾਈ ਬੱਚੇ ਪਾਲਣੇ ਆਪਾਂ ਤੂੰ ਆ ਜਾ ਆ ਗਈ ਸਹੁਰੇ ਦੇ ਨਾਲ ਰਹਿਣ ਲੱਗ ਪਈ ਬਾਕੀ ਪਰਿਵਾਰ ਦਾ ਥੋੜ੍ਹਾ ਮੇਰਾ ਖਿਆਲ ਮਤਭੇਦ ਆ ਗਏ ਉਹ ਪਾਸੇ ਰਹਿਣ ਲੱਗ ਪਏ ਅਤੇ ਇਹ ਬੀਬੀ ਕਿਰਨ ਵਾਲਾ ਅਚਨਚੇਤ ਜਿਹੜੀ ਹੈਗੀ ਜੀ ਕਹਿੰਦੇ ਪਾਕਿਸਤਾਨ ਚਲੀ ਗਈ ਜੱਥੇ ਦੇ ਨਾਲ ਜਿਹੜਾ ਸ਼ਰਧਾਲੂਆਂ ਦਾ ਜੱਥਾ ਯਾਤਰੀਆਂ ਦਾ ਜੱਥਾ ਸੀ ਉੱਥੇ ਜਾਣ ਤੋਂ ਪਹਿਲਾਂ ਬੀਬੀ ਦਾ ਜਿਹੜਾ ਸੀਗਾ ਨੈੱਟ ਦੇ ਜ਼ਰੀਏ ਪਾਕਿਸਤਾਨ ਦੇ ਇੱਕ ਬੰਦੇ ਨਾਲ ਸੰਪਰਕ ਹੋ ਗਿਆ ਸੀ ਗਈ ਇੱਥੋਂ ਸਿੱਖ ਸ਼ਰਧਾਲੂ ਬਣ ਕੇ ਜੀ ਉੱਥੇ ਜਾਂਦਿਆਂ ਸਰ ਗਾਇਬ ਹੋ ਗਈ ਅਤੇ ਗਾਇਬ ਹੁੰਦਿਆਂ ਜਥੇ ਦੇ ਵਾਪਸ ਮੁੜਨ ਤੋਂ ਪਹਿਲਾਂ ਹੀ ਜੀ ਉਹਨੇ ਉਹ ਬੰਦੇ ਨਾਲ ਨਿਕਾਹ ਵੀ ਕਰ ਲਿਆ ਇਸਲਾਮ ਧਰਮ ਵੀ ਕਬੂਲ ਕਰ ਲਿਆ ਅਤੇ ਅਦਾਲਤ ਦੇ ਵਿੱਚ ਵੀ ਜਾ ਅਰਜੀ ਦਿੱਤੀ ਕਿ ਮੈਨੂੰ ਜੀ ਇੱਥੇ ਰਹਿਣ ਦੀ ਆਗਿਆ ਦਿੱਤੀ ਜਾਵੇ ਪਰਮਾਨੈਂਟਲੀ ਹਾਹਾਕਾਰ ਮੱਚ ਗਈ ਸਾਰੇ ਦੇਸ਼ ਦੇ ਵਿੱਚ ਜੀ ਜਿਵੇਂ ਕਿ ਅਕਸਰ ਹੁੰਦਾ ਕਿ ਹਰ ਗੱਲ ਏਜੰਸੀਆਂ ਦੇ ਸਿਰ ਭੰਨ ਦਿੱਤੀ ਜਾਂਦੀ ਹੈ ਜੀ ਕਿ ਜੀ ਭਾਰਤੀ ਏਜੰਸੀਆਂ ਨੇ ਭੇਜਤੀ ਇਹ ਤਾਂ ਹਾਂ ਇਹ ਵੀ ਬੜਾ ਇੱਕ ਆਪਣੇ ਕਹਿੰਦੇ ਥੋੜ੍ਹੀ ਜਿਹੀ ਕੋਈ ਕੰਮ ਦੀ ਗੱਲ ਕਰੇ ਤਾਂ ਕਹਿ ਦਿੰਦੇ ਆ ਜੇ ਸਿੱਖ ਕੋਈ ਗੱਲ ਕਰੇ ਸਿੱਖਾਂ ਨੂੰ ਸਮਝਾਉਣ ਦੀ ਤਾਂ ਆਪਾਂ ਕਹਿ ਦਿੰਦੇ ਹਾਂ ਏਜੰਸੀਆਂ ਦਾ ਬੰਦਾ ਜਾਂ ਆਰ ਐੱਸ ਐੱਸ ਦਾ ਬੰਦਾ ਅਤੇ ਇਹ ਵੀ ਕਹਿੰਦੇ ਵੀ ਉਸੇ ਖਾਤੇ 'ਚ ਪਾ ਤੇ ਹਾਂਜੀ ਉਹ ਆਰ ਐੱਸ ਐੱਸ ਦਾ ਏਜੰਸੀਆਂ ਦਾ ਲਾ ਕੇ ਕਈ ਦਿਨਾਂ ਏਜੰਸੀਆਂ ਵਾਲੀ ਗੱਲ ਚੱਲਦੀ ਰਹੀ ਚਲੋ ਭਾਈ ਗੋਬਿੰਦ ਸਿੰਘ ਲੌਂਗੋਵਾਲਾ ਕੱਲ ਜਿਹੜੇ ਹੈਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਜੀ ਜ਼ਿੰਮੇਵਾਰੀ ਉਹਨਾਂ 'ਤੇ ਵੀ ਪੈਂਦੀ ਸੀ ਕਿਉਂਕਿ ਜਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਭੇਜਿਆ ਸੀ ਜੀ ਅਸਲ 'ਚ ਨਿਯਮ ਕੀ ਹੈ ਨਿਯਮ ਇਹ ਹੁੰਦੇ ਆ ਕਿ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੁੰਦਾ ਹੈ ਜੀ ਵਿਸਾਖੀ ਹੁੰਦੀ ਹੈ ਕੁਝ ਇਹ ਪਰਬ ਹੈ ਸਾਡੇ ਤਿਉਹਾਰ ਹੈ ਸਿੱਖ ਤਿਉਹਾਰ ਹੈ ਉਹਨਾਂ ਮੌਕਿਆਂ ਦੇ ਉੱਤੇ ਅਸੀਂ ਪਾਕਿਸਤਾਨ ਦੇ ਗੁਰਧਾਮਾਂ ਨੂੰ ਜਾਂਦੇ ਹਾਂ ਜੀ ਸਿੱਧੇ ਤਾਂ ਚੜ੍ਹ ਨਹੀਂ ਸਕਦੇ ਵੀਜ਼ਾ ਲੈਣਾ ਪੈਂਦਾ ਵੀਜ਼ਾ ਲੈਣਾ ਪੈਂਦਾ ਗਰੁੱਪ 'ਚ ਜਾਣਾ ਗਰੁੱਪ 'ਚ ਜਾਣਾ ਪੈਂਦਾ ਉਹ 1900 ਜਿੰਨਾ ਵੀ ਬੰਦਾ ਹੁੰਦਾ ਹੈ ਉਹਨਾਂ ਸਾਰਿਆਂ ਦੀ ਲਿਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਭੇਜਦੀ ਹੈ ਭਾਰਤ ਸਰਕਾਰ ਨੂੰ ਜੀ ਭਾਰਤ ਸਰਕਾਰ ਦੇਖਦੀ ਹੈ ਕਿ ਇਹਨਾਂ 'ਚ ਭਾਈ ਬੰਦੇ ਕਿਤੇ ਗਲਤ ਤਾਂ ਨਹੀਂ ਜਾ ਰਹੇ ਉਹ ਵੀ ਆਪਦਾ ਦੇਖਦੇ ਹੈ ਫਿਰ ਉਹ ਲਿਸਟ ਜਿਹੜੀ ਹੈਗੀ ਹੈ ਪਾਸਪੋਰਟ ਵਗੈਰਾ ਦੇ ਕੇ ਪਾਕਿਸਤਾਨੀ ਅੰਬੈਸੀ ਨੂੰ ਭੇਜਦੇ ਹੈ ਜੀ ਪਾਕਿਸਤਾਨੀ ਅੰਬੈਸੀ ਫਿਰ ਉਹਦੇ 'ਤੇ ਜੇ ਠੀਕ ਲੱਗਦਾ ਉਹਨੂੰ ਉਹ ਪ੍ਰਵਾਨਗੀ ਦੇ ਕਲੀਅਰੈਂਸ ਵੈਸੇ ਏਜੰਸੀਆਂ ਹੀ ਕਰਦੀਆਂ ਪਹਿਲਾਂ ਏਜੰਸੀਆਂ ਕਰਦੀਆਂ ਕਲੀਅਰੈਂਸ ਤੋਂ ਬਾਅਦ ਬੰਦੇ
ਟ੍ਰੇਨ ਚੜ੍ਹਦੇ ਤੇ ਪਾਕਿਸਤਾਨ ਚਲੇ ਜਾਂਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਇਹ ਕੰਮ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਰਦੀ ਹੈ ਔਰ ਕੁਝ ਜਥੇਬੰਦੀਆਂ ਪੰਜਾਬ ਵੀ ਹੈਗੇ, ਪੰਜਾਬ 'ਚ ਵੀ ਹੈਗੀਆਂ, ਜੰਮੂ 'ਚੋਂ ਵੀ ਜਾਂਦੇ ਨੇ ਉੱਧਰੋਂ ਆਪਣੇ ਕੀ ਕਹਿੰਦੇ ਆ ਬੰਬੇ ਵਗੈਰਾ ਤੋਂ ਵੀ ਸਿੱਖ ਆਉਂਦੇ ਨੇ, ਸਾਰੇ ਐਸ ਜੀ ਪੀ ਸੀ ਨਹੀਂ ਭੇਜਦੀ, ਬਹੁਤ ਜਥੇਬੰਦੀਆਂ ਹੋਰ ਏਜੰਸੀਆਂ ਵੀ ਜਥੇਬੰਦੀਆਂ ਵੀ ਉਹ ਵੀ ਜਾਂਦੇ ਆ ਰਲ ਮਿਲ ਕੇ ਜਾਂਦੇ ਆ ਸਾਰੇ। ਸੋ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇ ਜਾਂਦੇ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਮ ਤੌਰ ਤੇ ਕਹਿ ਦਿੰਦੀ ਹੈ ਲਿਆਓ ਜੀ ਪਾਸਪੋਰਟ ਭੇਜ ਦਿਓ ਤੇ ਐਪਲੀਕੇਸ਼ਨਾਂ ਭੇਜ ਦਿਓ ਜਿਨ੍ਹਾਂ ਨੇ ਜਾਣਾ ਤੇ ਮੋਹਰ ਲਵਾ, ਪਰ ਜਾਂਦੇ ਜਿੰਨਾ ਜਿਹੜੇ ਜੇ ਹੁਣ ਤੁਸੀਂ ਚਾਹੋ ਮੈਂ ਚਾਹਾਂ ਮੈਂ ਐਪਲੀਕੇਸ਼ਨ ਭੇਜ ਦਿਆਂ, ਮੇਰਾ ਖਿਆਲ ਮੇਰੀ ਐਪਲੀਕੇਸ਼ਨ ਤੇ ਗੌਰ ਨਹੀਂ ਫਰਮਾਇਆ ਜਾਣਾ, ਗੌਰ ਉਸੇ ਐਪਲੀਕੇਸ਼ਨ ਤੇ ਹੁੰਦਾ ਹੈ, ਉਸੇ ਐਪਲੀਕੇਸ਼ਨ ਨੂੰ ਮੰਨਿਆ ਜਾਂਦਾ ਜਿਹੜੀ ਐਪਲੀਕੇਸ਼ਨ ਦੀ ਕੋਈ ਲੀਡਰ ਰਿਕਮੈਂਡੇਸ਼ਨ ਕਰੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨ ਕੁਛ ਹੋਰ ਕਰਨ ਤਾਂ ਜਦੋਂ ਇਹ ਬੀਬੀ ਚਲੀ ਗਈ ਰੌਲਾ ਪੈ ਗਿਆ। ਤੁਸੀਂ ਦੇਖਿਆ ਹੋਣਾ ਉਹਨਾਂ ਦੌਰਾਨ ਦੀਆਂ ਅਖਬਾਰਾਂ ਦੀਆਂ ਖਬਰਾਂ ਕਹਿੰਦੀਆਂ ਕਿ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਹੱਥ ਖੜੇ ਕਰਤੇ ਸੀ ਜੀ ਕਿ ਜੀ ਸਾਡੀ ਸਿਫਾਰਿਸ਼ ਤਾਂ ਬਿਲਕੁਲ ਹੀ ਨਹੀਂ ਹੈ ਇਹਦੇ 'ਚ। ਫਿਰ ਕਹਿੰਦੇ ਸਿਫਾਰਿਸ਼ ਹੈ ਕਿ ਦੀ ਜੀ ਤਾਂ ਲੌਂਗੋਵਾਲ ਸਾਹਿਬ ਨੇ ਬਣਾਤੀ ਸੀ ਚਾਰ ਮੈਂਬਰੀ ਕਮੇਟੀ। ਚਾਰ ਮੈਂਬਰੀ ਕਮੇਟੀ ਹੁਣ ਕਈ ਦਿਨਾਂ ਤੋਂ ਪੜਤਾਲ ਕਰਨ ਲੱਗੀ ਪਈ ਸੀ ਜੀ। ਚਾਰ ਮੈਂਬਰੀ ਕਮੇਟੀ ਨੇ ਜਿਹੜੇ ਸਾਡੇ ਸੁਲੱਖਣ ਸਿੰਘ ਜੀ ਹੈ ਦਰਬਾਰ ਸਾਹਿਬ ਦੇ ਮੈਨੇਜਰ ਹੀ ਹੈ, ਮੈਨੇਜਰ ਹੈ ਹਾਂਜੀ, ਉਹਨਾਂ ਨੂੰ ਪੁੱਛਿਆ ਵੀ ਭਾਈ ਤੁਸੀਂ ਜਿਹੜਾ ਤੁਹਾਡੇ ਕੋਲ ਰਿਕਾਰਡ ਆਇਆ ਸਾਰਾ ਉਹ ਲਿਆਓ, ਉਹ ਤੁਸੀਂ ਭੇਜੇ ਤੇ ਤੁਸੀਂ ਦੱਸੋ ਕਿਵੇਂ ਭੇਜੇ। ਜਿਹੜਾ ਜੀ ਉਹਨੇ ਰਿਕਾਰਡ ਦਿੱਤਾ ਜੀ, ਉਸ ਰਿਕਾਰਡ ਦੇ ਵਿੱਚ ਇੱਕ ਜਿਹੜਾ ਬੀਬੀ ਨੇ ਲਾਇਆ ਸੀ ਆਪਦਾ ਆਧਾਰ ਕਾਰਡ ਦੀ ਫੋਟੋ ਜੀ, ਉਸ ਕਾਗਜ਼ ਦੇ ਉੱਤੇ ਇੱਕ ਨੋਟ ਲਿਖਿਆ ਵੈ, ਨੋਟ ਲਿਖਿਆ ਸੁਲੱਖਣ ਸਿੰਘ ਹੋਰਾਂ ਨੇ ਜੀ। ਕੀ ਲਿਖਦਾ ਉਸ ਨੋਟ ਦੇ ਵਿੱਚ ਕਿ ਸਰਦਾਰ ਤਲਵੀਰ ਸਿੰਘ ਗਿੱਲ ਪੋਲੀਟੀਕਲ ਸੈਕਟਰੀ ਜਿਹੜੇ ਹੈਗੇ ਆ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਲੋਕ ਸੰਪਰਕ ਰੈਵਨਿਊ ਬੀਬੀ ਹਰਸਿਮਰਤ ਕੌਰ ਬਾਦਲ ਦੇ ਭਰਾਤਾ ਸਾਹਿਬ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ, ਮਾਝੇ ਦੇ ਜਰਨੈਲ ਸਾਹਿਬ, ਉਹਨਾਂ ਦੇ ਜਿਹੜੇ ਪੀ ਏ ਹੈ ਜੀ ਪੋਲੀਟੀਕਲ ਸੈਕਟਰੀ, ਪੋਲੀਟੀਕਲ ਸੈਕਟਰੀ ਨਹੀਂ ਗੱਲਾਂ ਹੋ ਜੀ, ਨਾਲ ਉਹ ਯੂਥ ਅਕਾਲੀ ਦਲ ਦਾ ਲੀਡਰ ਵੀ ਹੈ ਅਤੇ ਮਾਝਾ ਜੋਨ ਦਾ ਜਨਰਲ ਸੈਕਟਰੀ ਵੀ। ਕਹਿੰਦੇ ਜੀ ਉਹਨੇ ਸਿਫਾਰਿਸ਼ ਕੀਤੀ ਹੈ, ਹੁਣ ਜਿਹੜੀ ਇਲਾਹੀ ਸਿਫਾਰਿਸ਼ ਹੋ ਜੇ ਸੁਲੱਖਣ ਸਿੰਘ ਦੀ ਵਿਚਾਰੀ ਦੀ ਕੀ ਪਹੁੰਚ ਸੀ ਜੀ। ਸੁਲੱਖਣ ਸਿੰਘ ਨੇ ਜੀ ਉਹਦਾ ਪਾ ਕੇ ਨਾਂ ਵਿੱਚ ਲਿਸਟ 'ਚ ਪਾਤਾ ਅਤੇ ਉਹ ਲਿਸਟ ਜਿਹੜੀ ਉੱਪਰ ਚਲੀ ਗਈ। ਏਜੰਸੀਆਂ ਨੇ ਵੀ ਬੀਬੀ ਹੈਗੀ ਉਹਨਾਂ ਨੇ ਕਿਹੜਾ ਇਸ ਗੱਲ ਨੂੰ ਪੜਤਾਲਣਾ ਸੀ। ਹਾਂ ਵੈਸੇ ਹੁਣ ਜਿਹੜੀ ਹੈ ਨਾ ਤੁਸੀਂ ਦੇਖਿਆ ਹੁਣ ਸ਼ੁਰੂ ਹੋ ਗਿਆ ਨਾ ਕੰਮ, ਅਮੈਰੀਕਾ ਵਾਲਿਆਂ ਨੇ ਜਿਹੜੀ ਗੱਲ ਕੀਤੀ ਹੈ ਕਿ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਨਾ ਤੁਹਾਨੂੰ ਆਪਣਾ ਜਿਹੜਾ ਹੈਗਾ ਮੇਲ ਐਡਰੈਸ ਵਗੈਰਾ ਸਾਰੇ ਦਾ ਸਾਰਾ ਵੇਰਵਾ ਦੇਣਾ ਪੈਂਦਾ ਫੇਸਬੁੱਕ, ਫਿਰ ਉਹ ਖੋਲ ਕੇ ਦੇਖਦੇ ਆ ਵੀ ਇਹ ਬੰਦੇ ਦੇ ਕਿਹਦੇ ਕਿਹਦੇ ਨਾਲ ਕੀ ਤਾਲਮੇਲ ਹੈ। ਇਹ ਮੇਰਾ ਖਿਆਲ ਹੁਣ ਸਾਡੇ ਵੀ ਹੋ ਜੂਗਾ ਹਾਂ ਵੀ ਇਹ ਬੰਦਿਆਂ ਨੂੰ ਪੜਤਾਲੋ ਇਸ ਘਟਨਾ ਕਰਨ ਤੋਂ ਬਾਅਦ। ਅਤੇ ਉਹ ਕਹਿੰਦੇ ਜੀ ਉਹਨੇ ਕਰਤਾ ਅਤੇ ਉਹ ਬੀਬੀ ਉੱਧਰ ਚਲੀ ਗਈ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਬੀਬੀ ਚਲੀ ਗਈ ਉੱਧਰ, ਉਹਨੇ ਜਾ ਕੇ ਕਰਵਾ ਲਿਆ ਪਾਕਿਸਤਾਨੀ ਨਾਲ ਵਿਆਹ, ਇਹ ਸਾਡਾ ਇਹਦੇ ਨਾਲ ਕੋਈ ਲਾਗਾ ਦੇਗਾ ਨਹੀਂ, ਕੋਈ ਕਿਸੇ ਨਾਲ ਵਿਆਹ ਕਰਵਾਵੇ ਕੋਈ ਨਾ ਕਰਵਾਵੇ। ਪਰ ਵੱਡੀ ਗੱਲ ਹੈ ਕਿ ਬਿਕਰਮ ਸਿੰਘ ਮਜੀਠੀਆ ਦੇ ਪੋਲੀਟੀਕਲ ਸੈਕਟਰੀ ਨੂੰ ਇਹ ਸਿਫਾਰਿਸ਼ ਕਰਨ ਦੀ ਲੋੜ ਕੀ ਬਈ, ਕੀ ਸਿਫਾਰਿਸ਼ ਉਹਨੇ ਆਪ ਕੀਤੀ ਹੈ? ਨਾਲੇ ਗਾਂ ਜੇ ਤਾਂ ਅੰਮ੍ਰਿਤਸਰ ਜਾਂ ਜਨਾਲੇ ਦੀ ਕੋਈ ਬੀਬੀ ਹੁੰਦੀ ਜਾਂ ਪੇਕੇ ਹੁੰਦੇ ਜਾਂ ਕੋਈ ਰਿਸ਼ਤੇਦਾਰ, ਫਿਰ ਤਾਂ ਆਪਾਂ ਮੰਨ ਲੈਂਦੇ, ਪਰ ਹੁਸ਼ਿਆਰਪੁਰ ਦੀ ਰਹਿਣ ਵਾਲੀ ਦਸੂ ਇੱਕ ਉੱਥੇ ਕਿਸੇ ਪਿੰਡ ਦੀ, ਕਿੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਕਨੈਕਸ਼ਨ ਬਣਿਆ ਵੀ ਇੱਕ ਆਪਣੇ ਆਪ 'ਚ ਵੀ ਇਹ ਅਸਲ ਦੇ ਵਿੱਚ ਕੀ ਇਹ ਪੋਲੀਟੀਕਲ ਸੈਕਟਰੀ ਸਾਹਿਬ ਨੇ ਆਪਦੇ ਲਈ ਇਹ ਕੰਮ ਕੀਤਾ ਜਾਂ ਆਪਦੇ ਬੌਸ ਲਈ ਕੀਤਾ? ਬੌਸ ਲਈ ਕੀਤਾ ਤੇ ਜਾਂ ਬੌਸ ਦੇ ਕਹਿਣ ਦੇ ਉੱਤੇ ਕਿਸੇ ਹੋਰ ਲਈ ਕੀਤਾ? ਹੋਰ ਲਈ ਕੀਤਾ। ਇਹ ਚੀਜ਼ ਪੜਤਾਲ ਦੀ ਮੰਗ ਕਰਦੀ ਹੈ, ਪਰ ਸ਼੍ਰੋਮਣੀ ਕਮੇਟੀ ਹੁਣ ਇੱਥੇ ਥੋੜ੍ਹਾ ਜਿਹਾ ਮੂੰਹ 'ਚ ਘੁੰਗਣੀਆਂ ਜਿਹੀਆਂ ਪਾਈ ਬੈਠੀ ਹੈ। ਸੁਲੱਖਣ ਸਿੰਘ ਨੂੰ ਪੁੱਛਿਆ ਸੀ ਪੱਤਰਕਾਰ ਨੇ ਜਿਹਨੇ ਖਬਰ ਲਿਖੀ ਹੈ ਵੀ ਸੁਲੱਖਣ ਸਿੰਘ ਕੀ ਕਹਿਣਾ,
ਕਹਿੰਦਾ ਜੀ ਮਾਮਲਾ ਪੜਤਾਲ ਅਧੀਨ ਹੈ, ਮੇਰੀ ਕਾਹਨੂੰ ਤੁਸੀਂ ਜਵਾਨ ਨਾ ਖਿਲਾਓ, ਮੈਂ ਨੀ ਕੁਛ ਬੋਲਣਾ, ਮੈਂ ਨੀ ਬੋਲਣਾ। ਉਹਨੂੰ ਪਤਾ ਵੀ ਜੇ ਮੈਂ ਬੋਲ ਪਿਆ ਤਾਂ ਭਾਈ ਫਿਰ ਮੇਰੇ ਨਾਲ ਵੀ ਉਹੀ ਹੋਊਗੀ ਜਿਹੜੇ ਵਿਚਾਰੇ ਦੂਜਿਆਂ ਨਾਲ ਹੋਈ ਹੈ, ਜਿਹੜੇ ਆਪਣੇ ਬਡੂੰਗਰ ਸਾਹਿਬ ਦੇ ਜ਼ਮਾਨੇ 'ਚ ਭਰਤੀ ਕੀਤੇ ਸੀ ਘਰ ਨੂੰ ਤੋਰੇ ਵੀ, ਵੀ ਭਾਈ ਉਹ ਮੈਨੇਜਰ ਆ ਵਿਚਾਰਾ, ਉਹਦੀ ਹੁਣ ਜ਼ਿੰਮੇਵਾਰੀ ਜ਼ਿਆਦਾ, ਉਹਨੂੰ ਚੁੱਪ ਕਰਨੀ ਬਿਹਤਰ ਸਮਝੇ, ਲੇਕਿਨ ਮਾਮਲਾ ਤੂਲ ਫੜੂਗਾ ਮੈਨੂੰ ਲੱਗਦੀ ਹੈ ਇਸ ਗੱਲ ਦੇ ਉੱਤੇ ਕਿ ਜਿਹੜੇ ਹੈਗੇ ਆ ਮੁਤਵਾਜੀ ਸਿੰਘ ਸਾਹਿਬਾਨ ਜੀ, ਉਹ ਵੀ ਇਹ ਮਾਮਲਾ ਉਠਾਉਣਗੇ, ਔਰ ਇਹ ਮਾਮਲਾ ਕੁਛ ਪੰਥਕ ਜਥੇਬੰਦੀਆਂ ਵੀ ਉਠਾਉਣਗੀਆਂ, ਇਸ ਕਰਕੇ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਅਹਿਮੀਅਤ ਵਾਲੇ ਦਿਨ ਹੋਣਗੇ ਇਸ ਮੁੱਦੇ ਨੂੰ ਲੈ ਕੇ ਜੀ।